आ जिहड़ा तुहाडा कमोज है उहदे खिलाफ, जे जलालपुर है उहदे खिलाफ, जिहड़े आशू है, जिहड़े कांग्रेस दे एमएलए, उहनां दे दम है ते करो। जे सिंसेरिटी है नहीं, इहदा मतलब तुसीं आप विच नाल रले हो। आ असीं टिकन नहीं देवांगे जिन्ना तक इंसाफ नहीं मिलदा। ਤੁਸੀਂ ਸੋਹਾਂ ਖਾ ਕੇ ਲੋਕਾਂ ਨੂੰ ਗੁੰਮਰਾਹ ਕਰ ਸਕਦੇ, ਲੋਕਾਂ ਕੋਲ ਸ਼ਕਤੀ ਹੈ। ਜੇ ਅੱਜ ਤੁਸੀਂ ਬੈਠੇ ਹੋ ਜਨਤਾ ਕਰਕੇ ਬੈਠੇ ਹੋ, ਤੇ ਜਨਤਾ ਲਾ ਕੇ ਅਸੀਂ। ਮੈਂ ਹੈਰਾਨ ਹੈ, ਮੈਂ ਪੁੱਛਣਾ ਚਾਹੁੰਦਾ ਰਾਹੁਲ ਗਾਂਧੀ ਨੂੰ ਹੁਣ ਕਿਉਂ ਨਹੀਂ ਬੋਲ ਰਹੇ? ਰਾਹੁਲ ਗਾਂਧੀ, ਸੋਨੀਆ ਗਾਂਧੀ ਜੀ ਤੇ ਕਾਂਗਰਸੀ ਜਿਹੜੇ ਇੰਨੇ ਮਾਊਥਪੀਸ ਰੱਖੇ ਹੈ, 120 ਲੋਕ ਮਾਰੇ ਗਏ ਆ, ਤੁਹਾਡਾ ਕੀ ਬਿਆਨ ਆਇਆ? ਕਿਤੇ ਬਿਆਨ ਆਇਆ ਕਿਤੇ ਕੈਪਟਨ ਸਾਹਿਬ ਦੇ ਆਪਣੇ ਐਮਐਲਏ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ? ਘੱਟ ਤੋਂ ਘੱਟ ਅੱਜ ਹੀ ਬਿਆਨ ਦੇ ਦਿਓ ਕਿ ਸਾਡੀ ਸਰਕਾਰ ਦੇ ਕੈਪਟਨ ਨੇ ਗਲਤ ਕੀਤਾ, ਸਾਡੇ ਮੰਤਰੀ ਨੇ ਗਲਤ ਕੀਤਾ। ਸ਼ੇਰ ਸਿੰਘ ਢਿੱਲੋਂ ਤੇ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ 70% ਜਿਹੜੇ ਕਾਂਗਰਸੀ ਨੇ ਮਾਫੀਆ ਦੇ ਨਾਲ ਰਲੇ ਹੋਏ ਨੇ। ਖੁਦ ਕਿਹਾ ਜੀ ਕਿ ਕਿੰਨੀ ਦਰ ਪੋਲੀਟੀਕਲ ਲੋਕਾਂ ਤੇ ਕਾਰਵਾਈ ਨਹੀਂ ਹੁੰਦੀ। ਮੈਂ ਕਹਿੰਦਾ, ਮੈਂ ਜਾਕਟ ਸਾਹਿਬ ਨੂੰ ਪੁੱਛਣਾ ਚਾਹਣਾ ਹੈ, ਜਾਕਟ ਸਾਹਿਬ ਚੁੱਪ ਕਿਉਂ? ਜਦੋਂ ਝੂਠ ਬੋਲਣਾ ਹੋਏ ਤੇ ਵੱਡੇ ਬੜਕਾ ਮਾਰਦੇ ਹੋ, ਹੁਣ ਦੁੰਮ ਕਿਉਂ ਲੁਕੋਈ ਬੈਠੇ ਹੋ ਆਪਣੀ? ਡਰਦੇ ਕਿਉਂ ਹੈ? ਜੇ ਹਿੰਮਤ ਹੈ ਤੇ ਮਜਾਣੇ ਜੰਗ ਆਓ ਤੇ ਬੋਲੋ। ਹਿੰਮਤ ਨਹੀਂ ਹੈ ਤੁਹਾਨੂੰ ਬੋਲਣ ਦੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਸਾਡੇ ਤੁਸੀਂ ਵਿੱਚ ਭਾਗੀਦਾਰ ਹੋ। ਸਾਰਾ ਜਿੰਨਾ ਕੰਮ ਹੈ ਸਾਰੇ ਇਕੱਠੇ ਹੋ ਕੇ ਇਕੱਠਾ ਸ਼ੇਅਰ ਕਰਦੇ। ਸਾਡੀਆਂ, ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕੈਪਟਨ ਸਾਹਿਬ, ਲੋਕਾਂ ਨੂੰ ਗੁੰਮਰਾਹ ਨਾ ਕਰੋ। ਤੁਸੀਂ ਜਿਹੜੇ ਰੇਡ ਮਾਰ ਰਹੇ ਹੋ, ਤੁਸੀਂ ਲਾਂਗ ਤੇ ਲੇਨ ਮਾਰ ਰਹੇ ਹੋ, ਜਿਹੜੀ ਆਮ ਪਿੰਡਾਂ 'ਚ ਗੋਡਨਾ ਬਣਦੀ ਹੈ ਉਹਨੂੰ। ਮੈਂ ਕਹਿਣਾ ਚਾਹੁੰਦਾ ਅਸਲੀ ਲੋਕ ਜਿਹੜੇ ਮਰੇ ਹੈ ਉਹ ਡੀਐਨਏ ਤੇ ਡੀਐਨਏ ਜਿਹੜੀ ਸ਼ਰਾਬ ਨਾਲ ਡਿਸਟਿਲਰੀਆਂ ਤੋਂ ਬਣੇ ਹੈ ਉਹਨਾਂ ਮਰੇ ਹੈ। ਕਿਉਂ ਨਹੀਂ ਡਿਸਟਿਲਰੀ ਵਾਲੇ ਵੱਡੇ ਬੰਦੇ ਫੜਦੇ ਜਿਨ੍ਹਾਂ ਨੇ ਕੀਤੀ ਹੈ? ਇਹਨਾਂ ਨੂੰ ਥੱਲੇ ਤੋਂ ਲੈ ਕੇ ਉੱਤੇ ਤੱਕ ਸਾਰਾ ਇਲੀਗਲ ਸਿਸਟਮ ਨੂੰ ਬੰਦ ਕਰਨਾ ਪੈਣਾ, ਭਾਵੇਂ ਪਿੰਡ ਦੀ ਹੈ ਭਾਵੇਂ ਡੀਐਨਏ। ਪਰ ਜਿਹੜੇ ਲੋਕ ਮਰੇ ਗਏ ਹੈ ਆਹ ਵੱਡੀਆਂ ਡਿਸਟਿਲਰੀਆਂ ਤੋਂ, ਇੱਕ ਵੀ ਡਿਸਟਿਲਰੀ ਤੇ ਰੇਡ ਨਹੀਂ ਕੀਤੀ ਗਈ। ਐਵੇਂ ਨਹੀਂ ਪਤਾ ਕਰਨ ਦੀ ਕੋਸ਼ਿਸ਼ ਕਿਹੜੀ ਕੀਤੀ ਗਈ ਕਿ ਕਿਹੜੀ ਡਿਸਟਿਲਰੀ ਤੋਂ ਆਹ ਮਾਲ ਆਇਆ, ਕਿਉਂਕਿ ਸਾਰੇ ਡਿਸਟਿਲਰੀ ਵਾਲੇ ਇਹਨਾਂ ਦੇ ਨਾਲ ਰਲੇ। ਇਹ ਰੋਸ ਪ੍ਰਦਰਸ਼ਨ ਜਾਰੀ ਰਹੇਗਾ, ਇਹ ਕੰਟੀਨਿਊ ਰਹਿਣਾ ਜਿੰਨੀ ਦੇਰ ਇਨਸਾਫ਼ ਨਹੀਂ ਮਿਲਣਾ।